ਫਾਜ਼ਿਲਕਾ ਦੀ ਸਰਕਾਰੀ ITI ਤੇ ਕੁਝ ਰਾਜਨੀਤਿਕ ਵਿਅਕਤੀਆਂ ਵੱਲੋਂ ਸੱਤਾਧਾਰੀ ਪਾਰਟੀ ਦੇ ਬੰਦਿਆਂ ਵੱਲੋਂ ਉੱਥੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਹਦੇ ਵਿਰੋਧ ਵਿੱਚ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਪਿਛਲੇ 10 ਦਿਨਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਔਰ ਇਸ ਗੱਲ ਦਾ ਐਲਾਨ ਕੀਤਾ ਹੋਇਆ ਸੀ ਕਿ ਜੇਕਰ ਇਸ ਕਬਜ਼ਾ ਕਰਨ ਵਾਲੇ ਵਿਅਕਤੀਆਂ ਨੂੰ ਨਾ ਰੋਕਿਆ ਗਿਆ, ਸਰਕਾਰੀ ITI ਨੂੰ ਨਾ ਬਚਾਇਆ ਗਿਆ ਤਾਂ ਫਾਜ਼ਿਲਕਾ ਜ਼ਿਲ੍ਹੇ ਦੇ ਜਿਹੜੇ ਐਡਮਿਨਿਸਟ੍ਰੇਟਰ ਨੇ, ਜਿਹੜੇ ਇੰਚਾਰਜ ਨੇ, ਆਫੀਸਰ ਨੇ, ਮੈਡਮ ਡਿਪਟੀ ਕਮਿਸ਼ਨਰ ਔਰ ਇੱਥੋਂ ਦੇ ਹਲਕਾ ਵਿਧਾਇਕ ਨਰਿੰਦਰਪਾਲ ਸਵਣਾ ਜੀ, ਉਹਨਾਂ ਦਾ ਜਿਹੜਾ ਪੁਤਲਾ ਫੂਕ ਮੁਜ਼ਾਹਰਾ ਕੀਤਾ ਜਾਏਗਾ ਔਰ ਕੱਲ੍ਹ ਤੱਕ ਜਿਹੜਾ ਹੈਗਾ ਉਹ ਜਿਹੜੇ ਵੀ ਵਿਅਕਤੀ ਸੀ ਜਿਹੜੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਰਾਜਨੀਤਿਕ ਲੋਕ, ਉਹਨਾਂ ਵੱਲੋਂ ਜਿਹੜਾ ਉੱਥੇ ਰੇਤਾ ਪਿਆ ਸੀ ਔਰ ਜਿਹੜੀਆਂ ਇੱਟਾਂ ਪਈਆਂ ਸੀ ਉੱਥੋਂ ਚੱਕ ਲਈਆਂ ਗਈਆਂ ਨੇ, ਭਾਵ ਕਿ ITI ਫਾਜ਼ਿਲਕਾ ਦੇ ਵਿੱਚ ਜਾ ਕੇ ਇੱਥੋਂ ਦੇ SDM ਵੱਲੋਂ ਵਿਸ਼ਵਾਸ ਦਵਾਇਆ ਗਿਆ ਸੀ ਕਿ ਕਿਸੇ ਤਰ੍ਹਾਂ ਵੀ ਜਿਹੜਾ ITI ਤੇ ਸਰਕਾਰੀ ਜਾਇਦਾਦ ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਏਗਾ ਔਰ ਅੱਜ ਜਿਹੜਾ ਹੈਗਾ ਪੁਤਲਾ ਫੂਕ ਮੁਜ਼ਾਹਰਾ ਹੋਣਾ ਸੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੀ ਅਗਵਾਈ ਦੇ ਵਿੱਚ, ਜਦੋਂ ਉਹ ਮਸਲਾ ਹੱਲ ਹੋ ਗਿਆ, ਇੱਟਾਂ ਚੁਕਾ ਦਿੱਤੀਆਂ ਗਈਆਂ ਨੇ, ਰੇਤਾ ਚੁਕਾ ਦਿੱਤਾ ਗਿਆ ਪ੍ਰਸ਼ਾਸਨ ਦੇ ਵਿੱਚ ਪੈ ਕੇ, ਤਾਂ ਫਿਰ ਅੱਜ ਦੀ ਜਿਹੜੀ ਰੈਲੀ ਹੈ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਆਲ ਇੰਡੀਆ ਯੂਥ ਫੈਡਰੇਸ਼ਨ ਵੱਲੋਂ ਉਹ ਜੇਤੂ ਰੈਲੀ ਕੀਤੀ ਗਈ ਹੈ। ਇਹ ਜੇਤੂ ਰੈਲੀ ਫਾਜ਼ਿਲਕਾ ITI ਤੋਂ ਸ਼ੁਰੂ ਹੁੰਦੀ ਹੋਈ, ਬੱਸ ਸਟੈਂਡ ਫਾਜ਼ਿਲਕਾ ਤੋਂ ਹੁੰਦੀ ਹੋਈ, ਇਹ ਜਿਹੜਾ ਘੰਟਾ ਘਰ ਫਾਜ਼ਿਲਕਾ ਦੇ ਵਿੱਚ ਸਮਾਪਤ ਹੋਈ ਹੈ ਔਰ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਸੁਣਿਆ ਕਿ ਅਸਲ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੀ ਨੀਅਤ ਕੀ ਸੀ ਔਰ ਉਹਦੀ ਨੀਅਤ ਨੂੰ ਰੋਕਣ ਵਾਸਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਨੇ ਇੱਕ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਹੈ ਔਰ ਅੱਜ ਜਿਹੜਾ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਝੰਡੇ ਦੇ ਥੱਲੇ ਸੈਂਕੜੇ ਵਿਦਿਆਰਥੀਆਂ ਨੇ ਦੂਸਰੇ ਕਾਲਜਾਂ ਸਕੂਲਾਂ ਤੋਂ ਆ ਕੇ ਜਿਹੜਾ ਇਹ ਜੇਤੂ ਰੈਲੀ ਕੀਤੀ ਹੈ ਔਰ ਨਾਲ ਦੀ ਨਾਲ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਇਹ ਜੇਤੂ ਰੈਲੀ ਇੱਕ ਸਾਡਾ ਸ਼ਕਤੀ ਪ੍ਰਦਰਸ਼ਨ ਦਾ ਪ੍ਰਤੀਕ ਹੈ ਕਿ ਮਤ ਭੁਲੇਖੇ 'ਚ ਕੋਈ ਰਵੇ ਸੱਤਾਧਾਰੀ ਪਾਰਟੀ ਦਾ ਆਗੂ ਕਿ ਸ਼ਾਇਦ ਅੱਜ ਇੱਕ ਵਾਰੀ ਉਹ ਪਿੱਛੇ ਮੁੜ ਗਏ ਨੇ ਇੱਕ ਸਟੈਪ ਤੇ ਕੱਲ੍ਹ ਨੂੰ ਇਨ ਫਿਊਚਰ ਜਿਹੜਾ ਹੈ ਉਹ 4 ਸਟੈਪ ਅੱਗੇ ਵੱਧ ਕੇ ਆਉਣ ਔਰ ਧਾਵਾ ਬੋਲਣ ਕਿਸੇ ਵੀ ਸਰਕਾਰੀ ਸੰਸਥਾ ਤੇ ਇਹ ਕਿਸੇ ਵੀ ਕੀਮਤ ਤੇ। ਅਸੀਂ ਅੱਜ ਦੀ ਜਿਹੜੀ ਜੇਤੂ ਰੈਲੀ ਰਾਹੀਂ ਇਹ ਕਹਿਣਾ ਚਾਹੁੰਦੇ ਹਾਂ, ਚੇਤਾਵਨੀ ਦੇਣਾ ਚਾਹੁੰਦੇ ਹਾਂ ਔਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਕੋਝੀ ਚਾਲ ਚੱਲੇਗੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਅੱਜ ਦਾ ਜਿਹੜਾ ਇਹ ਸੰਘਰਸ਼ ਸੀ ITI ਨਾਲ ਸੰਬੰਧਿਤ ਉਹ ਰੋਕ ਦਿੱਤਾ ਗਿਆ ਹੈ ਔਰ ਨਾਲ ਦੀ ਨਾਲ ਇਹ ਕਹਿਣਾ ਚਾਹੁੰਦੇ ਹਾਂ ਕਿ ਅੱਜ ਤੋਂ 20 ਦਿਨ ਪਹਿਲਾਂ DC ਮੈਡਮ ਜੀ ਨੂੰ ਦੋ ਜਿਹੜੇ ਅਸੀਂ ਵਫਦ ਮਿਲ ਕੇ ਉਹ ਦਰਖਾਸਤਾਂ ਦੇ ਚੁੱਕੇ ਹੈ। ਇੱਕ ਸਰਕਾਰੀ ITI ਦੇ ਵਿੱਚ ਬਾਥਰੂਮ ਜਿਹੜੇ ਨੇ ਉਹ ਖਸਤਾ ਹਾਲਤ ਵਿੱਚ ਨੇ, ਉਹ ਨਹੀਂ ਠੀਕ ਕਰਵਾਏ ਜਾ ਰਹੇ। ਅਸੀਂ ਇੱਕ ਹਫ਼ਤੇ ਦਾ ਟਾਈਮ ਦਿਆਂਗੇ ਜੇਕਰ ਉਹ ਮਸਲਾ ਹੱਲ ਨਾ ਹੋਇਆ ਹੋਰ ਜਿਹੜਾ ਸੰਘਰਸ਼ ਕਰਨ ਵਾਸਤੇ ਅੱਗੇ ਵਧਣ ਦੀ ਗੱਲ ਕਰਾਂਗੇ। ਮੈਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਪੰਜਾਬ ਦਾ ਜਿਹੜਾ ਪ੍ਰਧਾਨ ਆ, ਅੱਜ ਜਿਹੜਾ ਫਾਜ਼ਿਲਕਾ ਜ਼ਿਲ੍ਹੇ ਦੇ ਵੱਲੋਂ ਇੱਕ ਜਿਹੜਾ ਇੱਕ ਮਸਲਾ ਸੀ ਪਿਛਲੇ 10 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਸੀ, ਜਿਹੜੀ ਸਰਕਾਰੀ ITI ਹੈ ਫਾਜ਼ਿਲਕਾ ਦੇ ਵਿੱਚ ਉੱਥੇ ਜਿਹੜੀ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਰਕਾਰੀ ITI ਦੀ ਥਾਂ ਤੇ, ਉਹ ਕਬਜ਼ਾ ਜਿਹੜਾ ਸੱਤਾਧਾਰੀ ਜਿਹੜੀ ਧਿਰ ਹੈ ਉਹਨਾਂ ਦੇ ਕੁਝ ਨੁਮਾਇੰਦਿਆਂ ਵੱਲੋਂ ਜਿਹੜੀ ਉਹ ਕਬਜ਼ਾ ਕਰਨ ਦੀ ਜਿਹੜੀ ਗੱਲ ਕੀਤੀ ਗਈ ਹੈ ਤੇ AISF ਨੇ ਲਗਾਤਾਰ 10 ਦਿਨ ਜਿਹੜਾ ਵਿਰੋਧ ਜਿਹੜਾ ਕੀਤਾ, ਲਗਾਤਾਰ ਜਿਹੜਾ DC ਸਾਹਿਬ ਨੂੰ ਜਿਹੜਾ ਉਹ ਗੱਲਬਾਤ ਜਿਹੜੀ ਆਦਿ ਜਾਰੀ ਰੱਖੀ ਸੀ ਕਿ ਜੇ ਇਹ ਜਿਹੜਾ ਕਬਜ਼ਾ ਜਿੱਥੇ ਇੱਟਾਂ ਜਿਹੜਾ ਰੇਤਾ ਸੱਟ ਗਏ ਨੇ ਨਾ ਉਹ ਚੱਕਿਆ ਗਿਆ ਤਾਂ ਵੱਡੇ ਪੱਧਰ ਤੇ ਜਿਹੜਾ ਪੁਤਲਾ ਫੂਕਣ ਦੀ ਜਿਹੜੀ ਉਹ ਗੱਲਬਾਤ ਕੀਤੀ ਜਾਊਗੀ, ਪੂਰੇ ਜ਼ਿਲ੍ਹੇ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾਊਗਾ ਤੇ ਅੱਜ ਜਿਹੜੀ ਰੈਲੀ ਕੀਤੀ ਗਈ ITI ਤੋਂ ਲੈ ਕੇ ਫਾਜ਼ਿਲਕਾ ਦੇ ਘੰਟਾ ਘਰ ਤੱਕ ਇਹ ਰੈਲੀ AISF ਨੇ ਜੇਤੂ ਰੈਲੀ ਕੱਢੀ ਹੈ। ਇਹ ਰੈਲੀ ਇਸ ਲਈ ਕੱਢੀ ਗਈ ਹੈ ਕਿ ਵਿਦਿਆਰਥੀਆਂ ਨੇ ਜਿਹੜੇ ਤਰੀਕੇ ਦੇ ਨਾਲ ਇਹ ਜਿਹੜੀ ਲੜਾਈ ਜਿੱਤੀ ਹੈ ਇਹ ਸਰਕਾਰਾਂ ਨੂੰ ਆਉਣ ਵਾਲੀਆਂ ਜਾਂ ਮੌਜੂਦਾ ਜਿਹੜੀ ਸਰਕਾਰ ਹੈ ਉਹਨਾਂ ਨੂੰ ਦੱਸਣ ਲਈ ਕੀਤੀ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਸਿੱਖਿਆਰਥੀਆਂ ਦੀਆਂ ITI ਹੋਣ, ਕਾਲਜ ਹੋਣ, ਸਕੂਲ ਹੋਣ, ਜਿਹੜੇ ਵੀ ਅੱਖ ਰੱਖਣਗੇ, ਜਿਹੜੇ ਵੀ ਇਹ ਸਕੂਲ ਜਿਹੜੇ ਉਹ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਦੇ ਵਿਦਿਆਰਥੀ ਜਿਹੜੇ ਹੈ
ਲੜਾਈ ਆਪਣੀ ਜਿਹੜੀ ਉਹ ਜਾਰੀ ਰੱਖਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡੇ ਪੱਧਰ ਤੇ ਜੇ ਇਸ ਤਰੀਕੇ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤੇ ਉਹ ਵੀ ਜਿਹੜਾ ਉਹ ਵਿਦਿਆਰਥੀ ਲੜਨ ਦੇ ਲਈ ਤਿਆਰ ਨੇ।